ਜੀ ਸੋ ਇਹ ਆਖਿਰ ਦੇ ਵਿੱਚ ਮੈਂ ਇੱਕ ਪੰਜ ਕੁਐਸਚਨ ਤੁਹਾਨੂੰ ਪੁੱਛੂੰਗੀ ਰੈਪਿਡ ਫਾਇਰ ਦੇ ਤੁਸੀਂ ਫਟਾਫਟ ਆਨਸਰ ਕਰਨੇ ਫਿਰ ਉਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਵਧਦੇ ਹਾਂ ਸੋ ਪੱਲਾ ਸਾਹਿਬ ਨੂੰ ਫਾਸਟ ਫੂਡ ਜ਼ਿਆਦਾ ਪਸੰਦ ਆ ਜਾਂ ਘਰ ਦੀ ਰੋਟੀ ਘਰ ਦੀ ਰੋਟੀ ਓਕੇ ਜ਼ਿਆਦਾ ਬਾਅਦ ਜਿਹੜਾ ਹੈ ਬਾਹਰ ਜ਼ਿਆਦਾ ਘੁੰਮਣਾ ਪਸੰਦ ਆ ਜਾਂ ਫਿਰ ਘਰ ਰਹਿਣਾ ਘਰ ਰਹਿਣਾ ਪੰਕੀ ਦੇ ਕੱਪੜੇ ਪਾਉਣੇ ਪਸੰਦ ਆ ਜਾਂ ਬਿਲਕੁਲ 올ਡ ਸਕੂਲ ਸਟਾਈਲ ਦੇ ਵਿੱਚ ਰਹਿਣਾ ਕਰਿਆ ਜਾਂਦਾ ਹੁੰਨਾ ਬਸ ਮੈਂ ਨਿਕਰ ਪਾਈ ਹੁੰਦੀ ਆ ਬਨੈਣ ਪਾਈ ਹੁੰਦੀ ਆ ਇਹਨੂੰ ਚਾਹੇ ਹੌਲ ਸਕੂਲ ਵੱਲ ਚਾਹੇ ਬੰਕੀ ਸਮਝ ਲਓ ਓਕੇ ਸੋ ਅਗਰ ਕਿਤੇ ਘੁੰਮਣ ਜਾਣਾ ਹੋਵੇ ਹੁਣ ਇਸ ਜੋ ਪੈਂਡੇਮਿਕ ਦੀ ਸਿਚੁਏਸ਼ਨ ਹੈ ਜਾਂ ਹੁਣ ਜੋ ਵੀ ਤੁਹਾਡੇ ਕੰਮ ਮੁੱਕਣਗੇ ਉਸ ਤੋਂ ਬਾਅਦ ਕਿਹੜੀ ਕੰਟਰੀ ਘੁੰਮਣ ਜਾਓਗੇ ਇੰਡੀਆ ਵਿੱਚ ਘੁੰਮੋਗੇ ਜਾਂ ਬਾਹਰ ਕਿਤੇ ਜਾਓਗੇ ਦੇਖੋ ਆਈ ਲਵ ਮਾਈ ਇੰਡੀਆ ਆਲਾ ਮਾਈ ਪੰਜਾਬ ਆਲਾ ਮਾਈ ਓਨ ਸਿਟੀ ਓਨ ਟਾਊਨ ਪਰ ਜਿੱਦਨ ਮਰਜੀ ਘੁੰਮਿਓ ਸਿਰਫ 15 ਦਿਨ 20 ਦਿਨ ਬੱਦ ਤੋਂ ਬੱਦ ਇੱਕ ਮਹੀਨਾ ਰਹਿ ਕੇ ਫਿਰ ਐ ਅੰਦਰ ਖੋ ਮਚਦੀ ਆ ਨਹੀਂ ਵਾਪਸ ਚਲੀਏ ਵਾਪਸ ਚਲੀਏ ਇੰਡੀਆ ਵਾਪਸ ਚਲੀਏ ਸੋ ਮੈਨੂੰ ਕੈਨੇਡਾ ਅੱਛਾ ਲੱਗਦਾ ਮੈਨੂੰ ਇੰਗਲੈਂਡ ਅੱਛਾ ਲੱਗਦਾ ਅਮਰੀਕਾ ਅੱਛਾ ਲੱਗਦਾ ਔਰ ਈਵਨ ਨਾਰਵੇ ਅੱਛਾ ਲੱਗਦਾ ਮੇਰੀ ਬੇਟੀ ਉੱਥੇ ਆ ਸੋ ਜਿੱਥੇ ਤੁਹਾਡੇ ਆਪਣੇ ਫਰੈਂਡ ਸਰਕਲ ਆਪਣੇ ਰਿਲੇਟਿਵਸ ਆਪਣੇ ਚਾਉਣ ਵਾਲੇ ਤੁਹਾਨੂੰ ਜਿੱਥੇ ਜ਼ਿਆਦਾ ਪਿਆਰ ਕਰਦੇ ਆ ਮਿਲਦੇ ਆ ਉਹ ਤੁਹਾਨੂੰ ਚੀਜ਼ ਪਿਆਰੀ ਲੱਗਦੀ ਜੀ ਸੋ ਆਖਿਰ ਦੇ ਵਿੱਚ ਇਹ ਪੁੱਛੂੰਗੀ ਕਿ ਲੰਬੀ ਲੰਬੀ ਵੀਡੀਓਜ਼ ਜਾਂ ਫਿਲਮਸ ਬਣਾਉਣਾ ਜ਼ਿਆਦਾ ਵਧੀਆ ਲੱਗਦਾ ਹੈ ਫਿਰ ਛੋਟੇ ਛੋਟੇ ਵੀਡੀਓਜ਼ ਇਹਨਾਂ ਲੋਕੀ ਹੱਸਦੇ ਬਹੁਤ ਉਹ ਆਪਣੇ ਸੋਚਲੇ ਮੀਡੀਆ ਦੇ ਚਾਹੇ ਫਿਲਮ ਹੋਵੇ ਚਾਹੇ ਛੋਟੇ ਛੋਟੇ ਕਲਿੱਪਸ ਹੋਣ ਮੇਰਾ ਮਕਸਦ ਲੋਕਾਂ ਨੂੰ ਹਸਾਉਣਾ ਉਹਨਾਂ ਨੂੰ ਖੁਸ਼ ਕਰਨਾ ਉਹ ਚਾਹੇ ਮੈਂ ਇੱਕ ਛੋਟੇ ਜਿਹੇ ਕਲਿੱਪ ਰਹੀਂ ਹਸਾਦਮਾ ਚਾਹੇ ਇੱਕ ਲੰਬੀ ਸਾਰੀ ਫਿਲਮ ਦੇ ਵਿੱਚ ਚੰਗਾ ਵੱਡਾ ਲੰਮਾ ਰੋਲ ਕਰਕੇ ਹਸਾਦਮਾ ਸੋ ਮਤਲਬ ਤਾਂ ਹੈ ਲੋਕਾਂ ਨੂੰ ਐਂਟਰਟੇਨ ਕਰਨਾ ਸੋ ਆਈ ਊਡ ਲਵ ਟੂ ਮੇਕ ਦਾ ਪੀਪਲ ਲਾਫ ਜੀ ਸੋ ਜਾਂਦੇ ਆਂਦੇ ਆਪਣੇ ਸ਼ੋਅ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਸ਼ੋਅ ਲਈ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਸ਼ੋਅ ਹੈ ਹਾਸਿਆਂ ਦਾ ਹੱਲਾ ਪਾਏਗਾ ਜਸਵੰਤ ਰੁਪਾਲਾ ਸੀਜ਼ਨ 2 ਹਰ ਸ਼ਨੀਵਾਰ ਹਰ ਐਤਵਾਰ ਰਾਤ 8:30 ਵਜੇ ਓਨਲੀ ਔਨ ਜੀ ਪੰਜਾਬੀ ਇਹਨੂੰ ਜ਼ਰੂਰ ਦੇਖਿਓ ਔਰ ਮੈਨੂੰ ਉਮੀਦ ਹੈ ਕਿ ਤੁਹਾਡਾ ਮਾਨਸਿਕ ਤਣਾਅ ਕੁਝ ਜ਼ਰੂਰ ਘਟੂਗਾ ਤੁਹਾਡੇ ਚਿਹਰਿਆਂ ਤੇ ਹਾਸੀ ਆਏ ਥੈਂਕ ਯੂ ਸੋ ਮੱਚ ਸਰ ਵੈਲਕਮ ਸੋ ਇਸ ਸੰਸਾਰ ਨਾਲ ਜਸਪਿੰਦਰ ਪੱਲਾ ਜੀ ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ ਪਰ ਅੱਜ ਦੇ ਲਈ ਸਿਰਫ ਇੰਨਾ ਹੀ ਮਿਲਦੇ ਅਗਲੀ ਵਾਰ ਅਦ ਤੱਕ ਮੈਨੂੰ ਯਾਨੀ ਕਿ ਨੀਹਾ ਮਨਹਸ ਹੁੰਦਾ ਹੋਇ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸੋ ਇਹ ਆਖਿਰ ਦੇ ਵਿੱਚ ਮੈਂ ਇੱਕ ਪੰਜ ਕੁਐਸਚਨ ਤੁਹਾਨੂੰ ਪੁੱਛੂੰਗੀ ਰੈਪਿਡ ਫਾਇਰ ਤੇ ਤੁਸੀਂ ਫਟਾਫਟ ਆਨਸਰ ਕਰਨੇ ਫਿਰ ਉਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਵਧਦੇ ਹਾਂ ਸੋ ਪੱਲਾ ਸਾਹਿਬ ਨੂੰ ਫਾਸਟ ਫੂਡ ਜ਼ਿਆਦਾ ਪਸੰਦ ਆ ਜਾਂ ਘਰ ਦੀ ਰੋਟੀ ਘਰ ਦੀ ਰੋਟੀ ਓਕੇ ਜਦ ਬਾਅਦ ਜਿਹੜਾ ਹੈ ਬਾਹਰ ਜ਼ਿਆਦਾ ਘੁੰਮਣਾ ਪਸੰਦ ਆ ਜਾਂ ਫਿਰ ਘਰ ਰਹਿਣਾ ਘਰ ਰਹਿਣਾ ਫੰਕੀ ਦੇ ਕੱਪੜੇ ਪਾਉਣੇ ਪਸੰਦ ਆ ਜਾਂ ਬਿਲਕੁਲ 올ਡ ਸਕੂਲ ਸਟਾਈਲ ਦੇ ਵਿੱਚ ਰਹਿਣਾ ਕਰੇ ਜਾਂਦਾ ਹੁਣਾ ਬਸ ਮੈਂ ਨਿਕਰ ਪਾਈ ਹੁੰਦੀ ਆ ਬਨੈਣ ਪਾਈ ਹੁੰਦੀ ਆ ਇਹਨੂੰ ਚਾਹੇ 올ਡ ਸਕੂਲ ਵੱਲ ਚਾਹੇ ਫੰਕੀ ਸਮਝ ਲਓ ਓਕੇ ਸੋ ਅਗਰ ਕਿਤੇ ਘੁੰਮਣ ਜਾਣਾ ਹੋਵੇ ਹੁਣ ਇਸ ਜੋ ਪੈਂਡੇਮਿਕ ਦੀ ਸਿਚੁਏਸ਼ਨ ਹੈ ਜਾਂ ਹੁਣ ਜੋ ਵੀ ਤੁਹਾਡੇ ਕੰਮ ਮੁੱਕਣਗੇ ਉਸ ਤੋਂ ਬਾਅਦ ਕਿਹੜੀ ਕੰਟਰੀ ਘੁੰਮਣ ਜਾਓਗੇ ਇੰਡੀਆ ਵਿੱਚ ਘੁੰਮੋਗੇ ਜਾਂ ਬਾਹਰ ਕਿਤੇ ਜਾਓਗੇ ਦੇਖੋ ਆਈ ਲਵ ਮਾਈ ਇੰਡੀਆ ਆ ਲਵ ਮਾਈ ਪੰਜਾਬ ਆ ਲਵ ਮਾਈ ਓਨ ਸਿਟੀ ਓਨ ਟਾਊਨ ਪਰ ਜਿੱਦ ਮਰਜ਼ੀ ਘੁੰਮਿਓ ਸਿਰਫ 15 ਦਿਨ 20 ਦਿਨ ਵੱਧ ਤੋਂ ਵੱਧ ਇੱਕ ਮਹੀਨਾ ਰਹਿ ਕੇ ਫਿਰ ਐ ਅੰਦਰ ਖੋ ਮੱਚਦੀ ਆ ਨਹੀਂ ਵਾਪਸ ਚਲੀਏ ਵਾਪਸ ਚਲੀਏ ਇੰਡੀਆ ਵਾਪਸ ਚਲੀਏ ਸੋ ਮੈਨੂੰ ਕੈਨੇਡਾ ਅੱਛਾ ਲੱਗਦਾ ਮੈਨੂੰ ਇੰਗਲੈਂਡ ਅੱਛਾ ਲੱਗਦਾ ਅਮਰੀਕਾ ਅੱਛਾ ਲੱਗਦਾ ਔਰ ਈਵਨ ਨਾਰਵੇ ਅੱਛਾ ਲੱਗਦਾ ਮੇਰੀ ਬੇਟੀ ਉੱਥੇ ਆ ਸੋ ਜਿੱਥੇ ਤੁਹਾਡੇ ਆਪਣੇ ਫਰੈਂਡ ਸਰਕਲ ਆਪਣੇ ਰਿਲੇਟਿਵਸ ਆਪਣੇ ਚਾਉਣ ਵਾਲੇ ਤੁਹਾਨੂੰ ਜਿੱਥੇ ਜ਼ਿਆਦਾ ਪਿਆਰ ਕਰਦੇ ਆ ਮਿਲਦੇ ਆ ਉਤਾ ਨੂੰ 치즈 ਪਿਆਰੀ ਲੱਗਦੀ ਜੀ ਸੋ ਆਖਿਰ ਦੇ ਵਿੱਚ ਇਹ ਪੁੱਛੂੰਗੀ ਕਿ ਲੰਬੀ ਲੰਬੀ ਵੀਡੀਓਜ਼ ਜਾਂ ਫਿਲਮਸ ਬਣਾਉਣਾ ਜ਼ਿਆਦਾ ਵਧੀਆ ਲੱਗਦਾ ਜਾਂ ਫਿਰ ਛੋਟੇ ਛੋਟੇ ਵੀਡੀਓਜ਼ ਜਿਹਨਾਂ ਨਾਲ ਲੋਕੀ ਹੱਸਦੇ ਬਹੁਤ ਉਹ ਆਪਣੇ ਸੋਸ਼ਲ ਮੀਡੀਆ ਦੇ ਚਾਹੇ ਫਿਲਮ ਹੋਵੇ ਚਾਹੇ ਛੋਟੇ ਛੋਟੇ ਕਲਿੱਪਸ ਹੋਣ ਮੇਰਾ ਮਕਸਦ ਲੋਕਾਂ ਨੂੰ ਹਸਾਉਣਾ ਉਹਨਾਂ ਨੂੰ ਖੁਸ਼ ਕਰਨਾ ਉਹ ਚਾਹੇ ਮੈਂ ਇੱਕ ਛੋਟੇ ਜਿਹੇ ਕਲਿੱਪ ਰਾਈ ਹਾਂ ਹਸਾਦਮਾ ਚਾਹੇ ਇੱਕ ਲੰਬੀ ਸਾਰੀ ਫਿਲਮ ਦੇ ਵਿੱਚ ਚੰਗਾ ਵੱਡਾ ਲੰਮਾ ਰੋਲ ਕਰਕੇ ਹਸਾਦਮਾ ਸੋ ਮਤਲਬ ਤਾਂ ਹੈ ਲੋਕਾਂ ਨੂੰ ਐਂਟਰਟੇਨ ਕਰਨਾ ਸੋ ਆਈ ਊਡ ਲਵ ਟੂ ਮੇਕ ਦਾ ਪੀਪਲ ਲਾਫ ਜੀ ਸੋ ਜਾਂਦੇ ਆਂਦੇ ਆਪਣੇ ਸ਼ੋਅ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਸ਼ੋਅ ਲਈ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਸ਼ੋਅ ਹੈ ਹਾਸਿਆਂ ਦਾ ਹੱਲਾ ਪਾਏਗਾ ਜਸਵੰਤ ਰੁਪਾਲਾ ਸੀਜ਼ਨ 2 ਹਰ ਸ਼ਨੀਵਾਰ ਹਰ ਐਤਵਾਰ ਰਾਤ 8:30 ਵਜੇ ਓਨਲੀ ਔਨ ਜੀ ਪੰਜਾਬੀ ਇਹਨੂੰ ਜ਼ਰੂਰ ਦੇਖਿਓ ਔਰ ਮੈਨੂੰ ਉਮੀਦ ਹੈ ਕਿ ਤੁਹਾਡਾ ਮਾਨਸਿਕ ਤਣਾਅ ਕੁਝ ਜ਼ਰੂਰ ਘਟੂਗਾ ਤੁਹਾਡੇ ਚਿਹਰਿਆਂ ਤੇ ਹਾਸੀ ਆਏ ਥੈਂਕ ਯੂ ਸੋ ਮੱਚ ਸਰ ਵੈਲਕਮ ਸੋ ਇਸ ਸੰਸਾਰਨਾ ਜਸਪਿੰਦਰ ਪੱਲਾ ਜੀ ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ ਪਰ ਅੱਜ ਦੇ ਲਈ ਸਿਰਫ ਇੰਨਾ ਹੀ ਮਿਲਦੇ ਅਗਲੀ ਵਾਰ ਅਦ ਤੱਕ ਮੈਨੂੰ ਯਾਨੀ ਕਿ ਨੀਹਾ ਮਨਹਸ ਨੂੰ ਦਵੋ ਇਜਾਜ਼ਤ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ